ਮੈਨੂੰ ਖੁਸ਼ੀ ਹੈ ਕਿ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਰਿਸਪੋਂਸ ਮਿਲਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਬਹੁਤ ਹੀ ਅੱਛੇ ਕਾਰਜ ਨੂੰ। ਔਰ ਇਹ ਬੜਾ ਵੱਡਾ ਅੱਛਾ ਉਪਰਾਲਾ ਹੈ ਸਾਡੀ ਕਮੇਟੀ ਦਾ, ਜਿਨ੍ਹਾਂ ਨੇ ਕਿ ਡਰੱਗਸ ਤੋਂ ਬੱਚਿਆਂ ਨੂੰ ਦੂਰ ਕਰਨ ਵਾਸਤੇ, ਖੇਡਾਂ ਦੇ ਵਿੱਚ ਰੁਝਾਨ ਵਧਾਉਣ ਵਾਸਤੇ ਹਾਕੀ ਦੀਆਂ ਅਕੈਡਮੀਆਂ ਬਣਾਈਆਂ ਨੇ। ਦੇ ਨੋ ਸ਼ਾਰਟਕੱਟ ਟੂ ਹਾਰਡ ਵਰਕ, ਮਿਹਨਤ ਕਰਨੀ ਪੈਂਦੀ ਹੈ, ਔਰ ਅਗਰ ਬੱਚੇ ਸੂਰਜ ਵਾਂਗੂ ਚਮਕਣਾ ਚਾਹੁੰਦੇ ਨੇ ਤਾਂ ਪਹਿਲਾਂ ਉਹਨਾਂ ਨੂੰ ਸੂਰਜ ਵਾਂਗੂ ਜਲਣਾ ਵੀ ਪਏਗਾ। ਔਰ ਇੱਕ ਬਹੁਤ ਵਧੀਆ ਉਪਰਾਲਾ ਐਸ ਜੀ ਪੀ ਸੀ ਵੱਲੋਂ ਕਿ ਉਹ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਨੂੰ ਸੰਭਾਲ ਰਹੇ ਔਰ ਵਧੀਆ ਕੰਮ ਕਰ ਰਹੇ। ਸਾਨੂੰ ਆਪਣਾ ਬਚਪਨ ਯਾਦ ਆ ਜਾਂਦਾ ਜਦੋਂ ਅਸੀਂ ਇਹਨਾਂ ਨੂੰ ਬੱਚਿਆਂ ਨੂੰ ਦੇਖਦੇ ਹਾਂ ਖੇਡਦੇ ਹਾਂ। ਇਹ ਸਾਲ ਬਾਅਦ ਟ੍ਰਾਇਲ ਹੁੰਦੇ, ਹਰ ਇੱਕ ਬੱਚੇ ਨੂੰ ਇਹ ਹੁੰਦਾ ਵੀ ਮੈਂ ਅੱਜ ਐਸ ਜੀ ਪੀ ਸੀ ਜਿਹੜੀ ਕਿ ਇੱਕ ਸਿਰਮੌਰ ਸੰਸਥਾ ਹੈ ਉਹਦੇ ਲਈ ਉਹਦੀ ਹਾਕੀ ਟੀਮ ਲਈ ਟ੍ਰਾਇਲ ਦੇਣ ਜਾ ਰਿਹਾ, ਔਰ ਜਿਹਦੇ ਵਿੱਚੋਂ ਕਾਫੀ ਅੱਛੇ ਪਲੇਅਰ ਨਿਕਲ ਕੇ ਆ ਰਹੇ ਅੱਗੇ ਅੱਗੇ ਇੰਡੀਆ ਕੈਂਪ 'ਚ ਵੀ ਜਾ ਰਿਹਾ। ਮੈਂ ਬ੍ਰਿਗੇਡੀਅਰ ਹਰਚਰਨ ਸਿੰਘ, ਹਾਕੀ ਓਲੰਪੀਅਨ, ਅਰਜੁਨ ਅਵਾਰਡੀ ਔਰ 1975 ਦੇ ਵਰਲਡ ਕੱਪ ਦਾ ਵਿਜੇਤਾ ਹਾਂ, ਔਰ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹਾਕੀ ਸਟੇਡੀਅਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਹਾਕੀ ਦੀਆਂ ਅਕੈਡਮੀਆਂ ਚਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਸਾਲ 2024 ਵਾਸਤੇ ਜੋ ਬੱਚਿਆਂ ਦੀ ਦਾਖਲਾ ਹੋਣਾ ਹੈ ਉਹਨਾਂ ਦੇ ਟ੍ਰਾਇਲ ਲੈਣ ਵਾਸਤੇ ਐਜ ਏ ਸਿਲੈਕਟਰ ਆਇਆ ਹੋਇਆ ਹਾਂ। ਕੱਲ੍ਹ ਵੀ ਸਾਰਾ ਦਿਨ ਮੈਂ ਇੱਥੇ ਗਰਾਊਂਡ ਵਿੱਚ ਸੀ ਔਰ ਅੱਜ ਵੀ ਸਵੇਰ ਤੋਂ ਇੱਥੇ ਬੈਠੇ ਹੋਏ ਹਾਂ। ਮੈਨੂੰ ਖੁਸ਼ੀ ਹੈ ਕਿ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਰਿਸਪੋਂਸ ਮਿਲਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਬਹੁਤ ਹੀ ਅੱਛੇ ਕਾਰਜ ਨੂੰ, ਔਰ ਕਿਉਂਕਿ ਸਾਡਾ ਪੰਜਾਬ ਜਿਹੜਾ ਹੈ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਉਹ ਨਸ਼ਿਆਂ ਦੇ ਸਮੁੰਦਰ ਦੇ ਵਿੱਚ ਡੁੱਬਦਾ ਜਾ ਰਿਹਾ ਹੈ, ਔਰ ਇਹ ਬੜਾ ਵੱਡਾ ਅੱਛਾ ਉਪਰਾਲਾ ਹੈ ਸਾਡੀ ਕਮੇਟੀ ਦਾ, ਜਿਨ੍ਹਾਂ ਨੇ ਕਿ ਡਰੱਗਸ ਤੋਂ ਬੱਚਿਆਂ ਨੂੰ ਦੂਰ ਕਰਨ ਵਾਸਤੇ, ਖੇਡਾਂ ਦੇ ਵਿੱਚ ਰੁਝਾਨ ਵਧਾਉਣ ਵਾਸਤੇ ਹਾਕੀ ਦੀਆਂ ਅਕੈਡਮੀਆਂ ਬਣਾਈਆਂ ਨੇ, ਔਰ ਬੜੀ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ 'ਚੋਂ ਖਿਡਾਰੀ ਆਏ ਹੋਏ ਨੇ ਅਲੱਗ ਅਲੱਗ ਵਰਗਾਂ ਦੇ ਵਿੱਚ, ਔਰ ਕਾਫੀ ਅੱਛਾ ਟੈਲੈਂਟ ਹੈ। ਇਹ ਦੱਸਦਾ ਹੈ ਕਿ ਪੰਜਾਬ ਦੇ ਵਿੱਚ ਹਾਕੀ ਜਿਹੜੀ ਹੈ ਉਹ ਮੌਜੂਦ ਹੈ ਅਜੇ ਵੀ ਔਰ ਹੋਰ ਵੀ ਡਿਵੈਲਪ ਹੋ ਰਹੀ ਹੈ, ਔਰ ਇਸ ਉਪਰਾਲੇ ਦੇ ਨਾਲ ਮੈਂ ਸਮਝਦਾ ਹਾਂ ਕਿ ਹਾਕੀ ਹੋਰ ਵੀ ਪਾਪੂਲਰ ਹੋਏਗੀ ਔਰ ਉਹਨਾਂ ਬੱਚਿਆਂ ਨੂੰ ਜਿੰਨੀਆਂ ਵੀ ਸਹੂਲਤਾਂ ਕਮੇਟੀ ਵੱਲੋਂ ਮਿਲਦੀਆਂ ਨੇ ਉਹਨਾਂ ਦਾ ਫਾਇਦਾ ਉਠਾਉਂਦਿਆਂ ਹੋਇਆਂ ਇੱਕ ਪ੍ਰੋਪਰ ਜਿਹੜੀ ਹੈ ਉਹਨਾਂ ਨੂੰ ਸਿਸਟਮ ਦੇ ਨਾਲ ਕੋਚਿੰਗ ਦਿੱਤੀ ਜਾਂਦੀ ਹੈ, ਉਹਨਾਂ ਦੀ ਖੁਰਾਕ ਦਾ ਖਿਆਲ ਕੀਤਾ ਜਾਂਦਾ ਹੈ, ਉਹਨਾਂ ਦੀ ਰਿਹਾਇਸ਼ ਦਾ ਵਧੀਆ ਬੰਦੋਬਸਤ ਕੀਤਾ ਜਾਂਦਾ ਹੈ, ਉਹਨਾਂ ਨੂੰ ਅਲੱਗ ਅਲੱਗ ਟੂਰਨਾਮੈਂਟ ਦੇ ਵਿੱਚ ਅਲੱਗ ਅਲੱਗ ਵਰਗਾਂ ਦੇ ਵਿੱਚ ਪਾਰਟੀਸਪੇਟ ਕਰਵਾ ਕੇ ਉਹਨਾਂ ਨੂੰ ਐਕਸਪੋਜ਼ਰ ਮਿਲਦਾ ਹੈ ਔਰ ਅੱਛੇ ਅੱਛੇ ਖਿਡਾਰੀਆਂ ਦੇ ਨਾਲ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ, ਔਰ ਉਹਨਾਂ ਨੂੰ ਉਤਸ਼ਾਹ ਹੁੰਦਾ ਹੈ ਕਿ ਉਹ ਵੀ ਇੱਕ ਦਿਨ ਹਿੰਦੁਸਤਾਨ ਦਾ ਕਲਰ ਪਾ ਕੇ ਸਾਡੇ ਦੇਸ਼ ਦਾ ਨਾਂ ਔਰ ਪੰਜਾਬ ਦਾ ਨਾਂ ਰੋਸ਼ਨ ਕਰ ਲੈਣਗੇ। ਬੱਚਿਆਂ ਨੂੰ ਮੇਰਾ ਇਹੋ ਹੀ ਸੰਦੇਸ਼ ਹੈ ਜੀ ਕਿ ਦੇ ਨੋ ਸ਼ਾਰਟਕੱਟ ਟੂ ਹਾਰਡ ਵਰਕ, ਮਿਹਨਤ ਕਰਨੀ ਪੈਂਦੀ ਹੈ, ਔਰ ਅਗਰ ਬੱਚੇ ਸੂਰਜ ਵਾਂਗੂ ਚਮਕਣਾ ਚਾਹੁੰਦੇ ਨੇ ਤਾਂ ਪਹਿਲਾਂ ਉਹਨਾਂ ਨੂੰ ਸੂਰਜ ਵਾਂਗੂ ਜਲਣਾ ਵੀ ਪਏਗਾ। ਇਹੋ ਹੀ ਮੇਰਾ ਸੰਦੇਸ਼ ਹੈ, ਮਿਹਨਤ ਕਰੋ, ਮਾਤਾ ਪਿਤਾ ਦੀ ਇੱਜ਼ਤ ਕਰੋ, ਆਪਣੀ ਮੈਨੇਜਮੈਂਟ ਦੀ ਇੱਜ਼ਤ ਕਰੋ, ਸੈਲਫ ਡਿਸਿਪਲਿਨ ਨੂੰ ਆਪਣੇ 'ਚ ਡਿਵੈਲਪ ਕਰੋ, ਦੇਸ਼ ਦੀ ਸਪਿਰਿਟ ਨੂੰ ਆਪਣੇ ਅੰਦਰ ਇੰਵਾਈਵ ਕਰੋ, ਔਰ
ਆਪਣੀ ਸਿੱਖ ਕੌਮ ਦਾ, ਪੰਜਾਬ ਦਾ ਔਰ ਭਾਰਤ ਦਾ ਨਾਂ ਰੋਸ਼ਨ ਕਰੋ। ਅੱਜ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਾਕੀ ਸਟੇਡੀਅਮ ਦੇ ਵਿੱਚ ਆਏ ਹਾਂ, ਜਿੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਹਾਕੀ ਦੇ ਟ੍ਰਾਇਲ